ਜੋ ਵੀ ਸਾਡਾ ਪਹਿਲਵਾਨ ਆਣਗੇ ਉਹਨਾਂ ਨੂੰ ਜੋ ਵੀ ਸਾਡੇ ਕੋ ਬਤੌਰ ਨਾਮ ਪਿੰਡ ਵਾਸੀਆਂ ਦੇ ਇਲਾਕਾ ਵਾਸੀਆਂ ਐਨਆਰਆਈ ਭਰਾਵਾਂ ਦਾ ਸਹਿਯੋਗ ਦਾ ਜੋ ਵੀ ਦਾਅਵਾ ਇਹ ਪਹਿਲਵਾਨਾਂ ਲਈ ਇੱਕ ਬੇਨਤੀ ਹੈ ਕਿ ਪ੍ਰਬੰਧਕਾਂ ਦੇ ਜਿਹੜੇ ਫੈਸਲੇ ਬੜੇ ਟੱਲ ਹੈ ਔਰ 5 ਤਰੀਕ ਨੂੰ ਸਵੇਰ ਨੂੰ 10 ਵਜੇ ਤੋਂ ਲੈ ਕੇ 12 ਵਜੇ ਦੇ ਵਿੱਚ 2 ਘੰਟੇ ਜਿਹੜੇ ਉਸ ਘੰਟਿਆਂ ਦੇ ਟਾਈਮ ਦੇ ਵਿੱਚ ਪਹਿਲਵਾਨਾਂ ਦੀ ਜਿਹੜੀ ਐਂਟਰੀਆਂ ਕਰ ਦਿੱਤੀਆਂ ਜਾਣੀਆਂ 200 ਪਹਿਲਵਾਨ ਹੋਰ ਕੋਲੇਗਾ ਉਹਨਾਂ ਸਾਰਿਆਂ ਨੂੰ ਮੌਕੇ ਤੇ ਕੈਸ਼ ਪ੍ਰਾਈਜ਼ ਜਿਹੜੇ ਦਿੱਤੇ ਜਾਣੇ ਸੋ ਇਸ ਕਰਕੇ ਇਹ ਪੂਰੇ ਸਾਲ ਦਾ ਜਿਹੜਾ ਨਿਚੋੜ ਹੈ ਉਪ ਪਲਵਾਨੀ ਦਾ ਜਾਲ ਲਿਆ ਤੇ ਨਿਕਲਦਾ ਆ ਸਾਰਿਆਂ ਨੂੰ ਪੀ ਲਿਆ ਹਮ ਹਮਾ ਕੇ ਸਾਰੇ ਆਓ ਤੇ ਸ਼ੇਂਜ ਮੇਲੇ ਦੀ ਰੌਣਕ ਵਧਾਓ ਮੈਂ ਸ਼੍ਰੀਸ਼ ਕੁਮਾਰ ਜਾੜਲਾ ਸਾਡੇ ਪਿੰਡ ਦੇ ਵਿੱਚ ਚੋਣ ਦੰਗਲ ਬਾਬਾ ਭੋਜ ਸਿੰਘ ਇਸ ਵਰਪਤ ਜੋ ਕਿ ਸਾਡੇ ਬਜ਼ੁਰਗ ਹੋਏ ਐ ਜਿਹਨੇ ਪਿੰਡ ਬਸਾਇਆ ਵਾ ਔਰ ਸਾਡੇ ਰਾਣਾ ਕੁਲਦੀਪ ਸਿੰਘ ਸਵਰਗੀ ਔਰ ਸਰਦਾਰ ਅਕਵਾਲ ਸਿੰਘ ਦੀ ਯਾਦ ਦੇ ਵਿੱਚ ਸਾਡੇ ਸਾਫਕਾ ਸਰਪੰਚ ਤੇ ਹੁਣ ਉਹਨਾਂ ਦਾ ਬ੍ਰਦਰ ਸਰਪੰਚ ਜਸਪਾਲ ਸਿੰਘ ਉਹ ਨਾਲ ਸਾਡੇ ਸਾਰੇ ਪਿੰਡ ਦੇ ਨਗਰ ਵਾਸੀ ਇਕੱਠੇ ਹੋ ਕੇ ਹੁਮਾਕੇ ਮੇਲਾ ਕਰਾਣ ਲੱਗੇ ਆ ਤੇ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਹੁਮਾਕੇ ਸਾਰੇ ਇਲਾਕਾ ਨਿਵਾਸੀਆਂ ਨੂੰ ਹੁਮਾਕੇ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ ਔਰ ਮੇਲੇ ਦੀ ਜਿਹੜੀ ਹੈ ਰੌਣਕ ਉਹ ਵਧਾਈ ਜਾਊਗੀ ਔਰ ਜੋ ਵੀ ਸਾਡਾ ਪਹਿਲਵਾਨ ਆਣਗੇ ਉਹਨਾਂ ਨੂੰ ਜੋ ਵੀ ਸਾਡੇ ਕੋ ਬਤੌਰ ਇਨਾਮ ਦੇ ਵਸਿਆ ਦੇ ਇਲਾਕਾ ਦੇ ਵਸਿਆ ਐਨਆਰਆਈ ਭਰਾਵਾਂ ਦਾ ਸਹਿਯੋਗ ਦਾ 24 ਦਾ ਦਤਾ ਜਾਊਗਾ ਉਹ ਬਜਾ ਨਾ ਬਣਨ ਦਵਾਗੇ ਸੀ ਵਾਹਿਦਾ ਇਹ ਦੰਗਲ ਕਰਾਇਆ ਜਾ ਰਿਹਾ ਹੈ ਉਹਦੀ ਸਵੱਤੀ ਜਾਣਕਾਰੀ ਦੇ ਸਕਦਾ ਹੈ ਉਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਦ ਜੀ ਕੀ ਫਤਿਹ ਜੈ ਗੁਰਗਾ ਯਹਰਪੀਰ ਅ ਰੁਸਤਮੇਂਹਿੰਦ ਕੁਸ਼ਤੀ ਦੰਗਲ ਜੋ ਜਾਲੜਾ ਇਤਿਹਾਸਿਕ ਨਗਰ ਦੇ ਵਿੱਚ ਕਰਾਇਆ ਜਾ ਰਿਹਾ ਜਿਹੜਾ ਮੈਂ ਦੱਸਣਾ ਚਾਹਨਾ ਕਿ ਪੂਰੇ ਭਾਰਤ ਦੇ ਵਿੱਚ ਇੱਕ ਹੀ ਰੁਸਤਮੇਂਹਦ ਕੁਸ਼ਤੀ ਦੰਗਲ ਹੁੰਦਾ ਜਿਹੜਾ ਜਾਲੜੇ ਦੀ ਸਰਤੀ ਤੇ ਹੁੰਦਾ ਇਹਦਾ ਕਾਰਨ ਕੀ ਆ ਕਿ ਇੱਥੇ ਕਿਉਂ ਹੁੰਦਾ ਕਿ ਰੁਸਤਮੇਂਦ ਜਿਹੜੀ ਫੰਡਰੇਸ਼ਨ ਆ ਉਸ ਦੀ ਜਿਹੜੀ ਸੇਵਾ ਆ ਉਹ ਸਰਕਾਰ ਵੱਲੋਂ ਜਾਂ ਦੇਸ਼ ਵੱਲੋਂ ਉਹਦੀ ਚੇਅਰਮੈਨ ਦੀ ਸੇਵਾ ਸਾਨੂੰ ਮਿਲੀ ਆ ਤੇ ਜਿਹੜੀ ਸਭ ਤੋਂ ਵੱਡੀ ਕਮੇਟੀ ਆ ਸਾਡੇ ਨਗਰ ਤੋਂ ਉਸ ਕਮੇਟੀ ਦੇ ਜਿਹੜੇ ਸਾਡੇ ਸਰਪ੍ਰਸਤ ਮੇਰੇ ਨਾਲ ਮੇਰੇ ਵੀਰ ਬੈਠੇ ਆ ਜਸਪਾਲ ਸਿੰਘ ਜੀ ਬੀਰਵਾਲ ਸਾਹਿਬ ਰਾਣਾ ਸ੍ਰੀਸ਼ ਜੀ ਮੇਰੇ ਕੋਲ ਬੈਠੇ ਨੇ ਚੇਅਰਮੈਨ ਸਾਹਿਬ ਬਲਜੀਤ ਸਿੰਘ ਪਾਦੀ ਸਾਡੇ ਬੈਠੇ ਨੇ ਸਾਡੇ ਕੈਸ਼ੀਅਰ ਸਾਹਿਬ ਆ ਮੇਰੇ ਵੀਰ ਪੰਚ ਸਾਹਿਬ ਮਿੰਟਾ ਜੀ ਬੈਠੇ ਆ ਚਰਨਜੀਤ ਸਿੰਘ ਜੀ ਬੈਠੇ ਵਾਇਸ਼ ਪ੍ਰਧਾਨ ਨੇ ਇੱਧਰ ਰਾਣਾ ਸ਼ਰੇਸ਼ ਜੈ ਸਤੀਸ਼ ਜੀ ਬੈਠੇ ਨੇ ਜਿਹੜੇ ਸਾਡੇ ਸੀਨੀਅਰ ਚੇਅਰਮੈਨ ਨੇ ਸਰਪੰਚ ਸਾਹਿਬ ਜਿਹੜੇ ਸਾਡੇ ਪ੍ਰਧਾਨ ਨੇ ਤੇ ਸਾਡੇ ਮੁੱਖ ਸਲਾਹਕਾਰ ਐਡਵੋਕੇਟ ਵਰਸ਼ਿੰਗ ਰਾਣਾ ਜੀ ਤੇ ਨਾਲ ਵਿਕਰਮ ਸਿੰਘ ਜਿਹੜੇ ਸਾਡੇ ਪੰਚ ਨੇ ਉਹ ਸਾਡੇ ਵਾਈਸ ਪ੍ਰਧਾਨ ਨੇ ਇੱਕ ਸੰਮੇਟੀ ਹੈ ਔਰ ਇਹਨਾਂ ਤੋਂ ਇਲਾਵਾ ਵੀ ਰਾਣਾ ਪਰਮਾਰ ਸਿੰਘ ਨਿਊਜ਼ੀਲੈਂਡ ਦੇ ਵਿੱਚ ਹੈ ਹੋਰ ਵੀ ਸਾਡੀ ਕਮੇਟੀ ਮੈਂਬਰ ਆ ਤੇ ਜਿੰਦਰ ਸਿੰਘ ਰਠੌਰ ਵਾਈਸ ਪ੍ਰਧਾਨ ਨੇ ਸਮਕਲ ਕਲੇ ਨਾਜੇ ਲੰਬਾ ਸਮਾਂ ਪੈ ਜਾਣਾ ਕਿ ਇਹ ਜਾਲੜੇ ਦੇ ਵਿੱਚ ਜਿਹੜਾ ਵੱਡਾ ਕੁਸ਼ਤੀ ਦੰਗਲ ਹੈ ਇਹ ਹਰ ਸਾਲ ਦੀ ਤਰ੍ਹਾਂ ਕਰਾਇਆ ਜਾਂਦਾ ਜਿਹੜਾ ਅਸੀਂ ਸਾਡੇ ਬਹੁਤ ਹੀ ਨੌਜਵਾਨ ਆਗੂ ਸਾਡੇ ਵੀਰ ਸਰਦਾਰ ਇਕਬਾਲ ਸਿੰਘ ਜਿਹੜੇ ਸਾਡੇ ਵਿੱਚ ਅੱਜ ਨਹੀਂ ਉਹਨੂੰ ਅਸੀਂ ਯਾਦ ਕਰ ਰਹੇ ਹਾਂ ਤੇ ਨਾਲ ਹੀ ਅਸੀਂ ਯਾਦ ਕਰ ਰਹੇ ਹਾਂ ਰਾਣਾ ਕੁਲਦੀਪ ਸਿੰਘ ਜੀ ਜਿਹੜੇ ਸਾਡੇ ਇਸ ਕਮੇਟੀ ਦੇ ਮੁੱਖ ਚੇਅਰਮੈਨ ਸੀ ਜਿਨ੍ਹਾਂ ਨੇ ਦੰਗਲ ਸ਼ੁਰੂ ਕਰਾਇਆ ਉਹਨਾਂ ਦੀ ਯਾਦ ਦੇ ਵਿੱਚ ਰਸਤ ਮਿਹਨਤ ਕੁਸ਼ਤੀ ਦੰਗਲ ਜਿਹੜਾ ਕਰਾਇਆ ਜਾ ਰਿਹਾ ਜਿਹੜਾ 5 ਨਵੰਬਰ ਨੂੰ ਸਰਕਾਰੀ ਸਕੂਲ ਦੀ ਗਰਾਊਂਡ ਦੇ ਵਿੱਚ ਕਰਾਇਆ ਜਾ ਰਿਹਾ ਜਿੱਥੇ ਅਸੀਂ ਸਾਰਾ ਇਹ ਪਰਿਵਾਰ ਇਲਾਕਾ ਤੇ ਸਾਰਾ ਦੇਸ਼ ਬਾਬਾ ਪੋਜ ਜੀ ਜਿਨ੍ਹਾਂ ਨੇ ਬਹੁਤ ਲੰਬੇ ਸਮੇਂ ਤੋਂ ਪਿੰਡ ਬਸਾਇਆ ਸੀ ਉਹਨਾਂ ਨੂੰ ਯਾਦ ਕਰ ਰਹੇ ਨਾਲ ਗੁੱਗਾ ਯਾ ਹਰਪੀਰ ਦਾ ਅਸ਼ੀਰਵਾਦ ਲੈ ਰਹੇ ਆ ਪਠਿਆਲੀਆਂ ਸਰਕਾਰ ਪੰਜ ਪੀਰ ਗੁੱਗਾ ਯਾ ਹਰਪੀਰ ਦਾ ਸੀ ਉੱਥੇ ਅਸ਼ੀਰਵਾਦ ਲੈ ਰਹੇ ਆ ਆ ਇਹਦੇ ਵਿੱਚ ਕਿੰਨੇ ਦੇਖੋ ਇਸ ਤਰ੍ਹਾਂ ਹੈ ਕਿ ਇਹਦੇ ਵਿੱਚ ਜਿਹੜੀ ਸਭ ਤੋਂ ਵੱਡੀ ਗੱਲ ਹੈ ਕਿ ਫੰਡਰੇਸ਼ਨ ਵੱਲੋਂ ਹੀ ਪਹਿਲਵਾਨਾਂ ਦੀ ਜਿਹੜੀ ਉੱਪਰਲੇ ਲੈਵਲ ਦੀ ਚੋਣ ਕੀਤੀ ਜਾਂਦੀ ਹੈ ਇਹਦੇ ਵਿੱਚ ਨਾ ਤਾਂ ਸਾਡੀ ਕੋਈ ਕਮੇਟੀ ਇੰਟਰਫੇਅਰ ਕਰਦੀ ਹੈ ਜਿੰਨੇ ਵੱਡੇ ਪਹਿਲਵਾਨ ਆ ਉਹ ਫੰਡਰੇਸ਼ਨ ਕੀ ਦੇਖਦੀ ਹੈ ਕਿ ਪੂਰੇ ਭਾਰਤ ਦੇ ਵਿੱਚ ਇੱਕ ਸਾਲ ਦੀਆਂ ਸਾਰੀਆਂ ਕੁਸ਼ਤੀਆਂ ਜਿਹੜੀਆਂ ਹੁੰਦੀਆਂ ਆ ਉਸ ਦੇ ਵਿੱਚ ਜਿਹੜੀਆਂ ਕੁਸ਼ਤੀਆਂ ਦਾ ਟੈਂ ਟਵਾਨ ਹੁੰਦੇ ਆ ਨਾਟ ਕੀ ਬਰਾਬਰ ਜਾਂ ਪੁਆਇੰਟ ਨੂੰ ਨਹੀਂ ਲੈਂਦੇ ਟੈਂ ਟਵਾਨ ਹੋ ਕੇ ਪੂਰੇ ਦੇਸ਼ ਦੇ ਵਿੱਚ ਜਿੰਨੀਆਂ ਇੱਕ ਸਾਲ ਚ ਕੁਸ਼ਤੀ ਹੁੰਦੀਆਂ ਉਹਨਾਂ ਦੇ ਵਿੱਚੋਂ ਫਿਰ ਪਹਿਲਵਾਨਾਂ ਦੀ ਸਿਲੈਕਸ਼ਨ ਕਰਕੇ ਪਹਿਲਵਾਨਾਂ ਦੇ ਜਿਹੜੇ ਨਾਮ ਹੈ ਉਹ ਕਮੇਟੀ ਨੂੰ ਭੇਜ ਦਿੱਤੇ ਜਾਂਦੇ ਸਾਡੀ ਜੋ ਪਿੰਡ ਦੀ ਦੰਗਲ ਕਮੇਟੀ ਆ ਜਿਹਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਕਿ ਸਭ ਤੋਂ ਚਰਚਿਤ ਇਸ ਟਾਈਮ ਸਭ ਤੋਂ ਤੇਜ਼ ਚਾਰ ਪਹਿਲਵਾਨ ਜਿਹੜਾ ਸਿਕੰਦਰ ਸ਼ੇਖ ਹੈ ਜਿਹੜਾ ਕਿ ਪਹਿਲੀ ਵਾਰ ਅਸ਼ੀਰਪਗਰ ਸਿੰਘ ਜ਼ਿਲ੍ਹੇ ਦੇ ਵਿੱਚ ਜਿੰਨੇ ਕੁਸ਼ਤੀ ਲੜਨੀ ਆ ਉਹ ਆ ਰਿਹਾ ਉਸ ਦੇ ਨਾਲ ਹੀ ਜਿਹੜਾ ਸਭ ਤੋਂ ਵੱਡਾ ਮੱਲ ਹੈ ਜੱਸਾ ਜਿਹੜਾ ਪੱਟੀ ਨਾਲ ਵੀ ਕੁਸ਼ਤੀਆਂ ਹੋਈਆਂ ਜਿਸ ਦੀਆਂ ਫਗਵਾੜੇ ਵਾਲੇ ਪ੍ਰਤਿਪਾਲ ਨਾਲ ਕੁਸ਼ਤੀ ਹੋਈਆਂ ਬੱਗਾ ਕੋਹਾਲੀ ਵਾਲਾ ਉਹ ਆ ਰਿਹਾ ਔਰ ਇਸ ਤਰ੍ਹਾਂ ਹੀ ਅਗਰ ਗੱਲ ਕਰੀਏ ਅਸੀਂ ਦੇਸ਼ ਦਾ ਕੋਈ ਇਦਾਂ ਦੀ ਸਟੇਟ ਨਹੀਂ ਕਿ ਰਾਜਸਥਾਨ ਤੋਂ ਸੁਖਾ ਆ ਰਿਹਾ ਦਿੱਲੀ ਤੋਂ ਗਰਮੀ ਦਿੱਲੀ ਆ ਰਿਹਾ ਰੀਸੈਂਟਲੀ ਪਰਸੋਂ ਵਿਕਰਮ ਕੋਟੀਆ ਸੀਆਰਪੀਐਫ ਦਾ ਬੜਾ ਗੈਜਟਡ ਆਫਸਰ ਤੇ ਪਹਿਲਵਾਨ ਕੋੜ ਦਾ ਉਹ ਆ ਰਿਹਾ ਇਸੇ ਤਰ੍ਹਾਂ ਮਿੰਦਾ ਪਠਾਨਕੋਟ ਆ ਰਿਹਾ ਅਗਰ ਮੈਂ ਗੱਲ ਕਰਾਂ ਮਨੀਕਲਾ ਰਾਏਪੁਰ ਆ ਰਿਹਾ ਮਿੰਦਾ ਪਠਾਨਕੋਟ ਰੋਸ਼ਨ ਕਿਰਲਗੜ੍ਹ ਦੇਖੋ ਜੀਤੀ ਪਟਿਆਲਾ ਸੂਇਸ ਤਰ੍ਹਾਂ ਦੇ ਜਿਹੜੇ ਮੰਨਾ ਡੂਮਸ਼ੇੜੀ ਇਸ ਤਰ੍ਹਾਂ ਦੇ ਜਿਹੜੇ ਟੌਪ ਦੇ ਹਿੰਦੁਸਤਾਨ ਦੇ ਮੱਲ ਹੈ ਉਹ ਸਾਰੇ ਫੈਡਰੇਸ਼ਨ ਨੇ ਸਿਲੈਕਸ਼ਨ ਕਰਕੇ ਭੇਜ ਦਿੱਤੀ ਹੈ ਔਰ ਇੱਥੇ ਇੱਕ ਮਜ਼ੇ ਵਾਲੀ ਗੱਲ ਤੁਹਾਨੂੰ ਦੱਸਦਾ ਕਿ ਹਜੇ ਤੱਕ ਸਾਨੂੰ ਵੀ ਇਹ ਨਹੀਂ ਪਤਾ ਕਿ ਕਿਸ ਪਲਵਾਨ ਦੀ ਕਿਸ ਪਲਵਾਨ ਨਾਲ ਕੁਸ਼ਤੀ ਹੋਣੀ ਹੈ 5 ਤਰੀਕ ਨੂੰ 2 ਵਜੇ ਸਾਨੂੰ ਮੇਲ ਆਏਗੀ ਫੈਡਰੇਸ਼ਨ ਦੀ ਕਿ ਇਸ ਪਲਵਾਨ ਨੂੰ ਉਸ ਪਲਵਾਨ ਦੇ ਨਾਲ ਖਲਾਇਆ ਜਾਣਾ ਹੈ ਉਦੋਂ ਹੀ ਸਾਨੂੰ ਵੀ ਪਤਾ ਲੱਗਦਾ ਹੈ ਉਹਦਾ ਕਾਰਨ ਕੀ ਹੈ ਕਿ ਕੁਸ਼ਤੀ ਬੜੀ ਪਾਰਦਰਸ਼ਤਾ ਕੀਤੀ ਜਾਂਦੀ ਹੈ ਔਰ ਇੱਕ ਇਹ ਦੇ ਵਿੱਚ ਮੈਂ ਤੁਹਾਨੂੰ ਸਪਸ਼ਟ ਕਰ ਦੇਣਾ ਸਾਡੀ ਕਮੇਟੀ ਬੈਠੀ ਜਸਪਾਲ ਭਾਜੀ ਬੈਠੇ ਆ ਅਗਰ ਟੈਂਟਵਾਨ ਹੁੰ ਤਾ ਪੂਰੇ ਇਨਾਮ ਦਿੱਤੇ ਜਾਂਦੇ ਆ ਨਾ ਅਸੀਂ ਪੁਆਇੰਟ ਤੇ ਕੁਸ਼ਤੀ ਕਰਾਨੇ ਆ ਤੇ ਨਾ ਹੀ ਅਸੀਂ ਬਰਾਬਰ ਛਡਾਉਣੇ ਆ ਇਸ ਕਰਕੇ ਕੁਸ਼ਤੀ ਦਾ ਟੈਂਟ ਵਣ ਜਦ ਤੱਕ ਨਹੀਂ ਹੁੰਦਾ ਇਨਾਮ ਨਹੀਂ ਦਿੱਤੇ ਜਾਂਦੇ ਇਨਾਮਾਂ ਦੀ ਤੁਸੀਂ ਗੱਲ ਕੀਤੀ ਆ ਸਭ ਤੋਂ ਇਨਾਮਾਂ ਦੀ ਤੁਸੀਂ ਗੱਲ ਕੀਤੀ ਸਭ ਤੋਂ ਵੱਡਾ ਜਿਹੜਾ ਫਰਸਟ ਪ੍ਰਾਈਜ਼ ਆ ਜਿਹੜਾ ਰਸਤਮੇਹਿੰਦ ਕੁਸ਼ਤੀ ਟਾਈਟਲ ਜਿੱਤੇਗਾ ਉਸ ਨੂੰ ਨਿਊ ਹਾਲੈਂਡ 3630 ਜਿਹੜਾ ਟਰੈਕਟਰ ਹੈ ਉਹ ਦਿੱਤਾ ਜਾਏਗਾ ਤੇ ਸੈਕੰਡ ਇਸ ਤਰ੍ਹਾਂ ਹੀ ਇਹ ਸਭ ਤੋਂ ਵੱਡੀ ਗੱਲ ਹੈ ਕਿ ਦੰਗਲ ਹੋ ਰਿਹਾ ਦੰਗਲ ਦੇ ਵਿੱਚ ਟਾਈਟਲ ਦਿੱਤੇ ਜਾਂਦੇ ਆ ਰਸਤਮੇਹਿੰਦ ਟਾਈਟਲ ਭਾਰਤ ਕੇਸਰੀ ਟਾਈਟਲ ਭਾਰਤ ਕੇਸਰੀ ਟਾਈਟਲ ਜਿਹੜਾ ਜਿੱਤੇਗਾ ਉਸ ਨੂੰ ਬੁਲਟ ਮੋਟਰਸਾਈਕਲ ਪਾਜੀ ਜਸਪਾਲ ਹੁਣਾਂ ਤੋਂ ਦਿੱਤਾ ਜਾਏਗਾ ਐਸੀ ਤਰ੍ਹਾਂ ਸਪਲੈਂਡਰ ਮੋਟਰਸਾਈਕਲ ਐਸੀ ਤਰ੍ਹਾਂ 7 골ਡ ਦੀਆਂ ਚੇਨਾਂ ਜਿਹੜੀਆਂ ਇੱਕ ਇੱਕ ਟੋਲੇ ਤੋਂ ਉੱਪਰ ਦੀਆਂ ਇਸੇ ਤਰ੍ਹਾਂ ਮੁੰਦੀ ਹੈ ਔਰ ਇਸ ਤੋਂ ਬਾਅਦ ਜਿਹੜੇ ਥੱਲੇ ਲਗਭਗ 200 ਪਹਿਲਵਾਨ ਹੋਰ ਕੋਲੇਗਾ ਉਹਨਾਂ ਸਾਰਿਆਂ ਨੂੰ ਮੌਕੇ ਤੇ ਕੈਸ਼ ਪ੍ਰਾਈਜ਼ ਜਿਹੜੇ ਦਿੱਤੇ ਜਾਣੇ ਆ ਸੋ ਇਸ ਕਰਕੇ ਇਹ ਪੂਰੇ ਸਾਲ ਦਾ ਜਿਹੜਾ ਨਿਚੋੜ ਹੈ ਉਹ ਪਹਿਲਵਾਨੀ ਦਾ ਜਾਲ ਲਿਆ ਕੇ ਨਿਕਲਦਾ ਆ ਔਰ ਬੜੀ ਦੂਰ ਤੋਂ ਲੋਕ ਇੱਥੇ ਦੇਖਣ ਪਹੁੰਚਦੇ ਆ ਤੇ ਦੂਸਰੀ ਗੱਲ ਇਹ ਆ ਕਿ ਪਹਿਲਵਾਨਾਂ ਲਈ ਇੱਕ ਬੇਨਤੀ ਹੈ ਕਿ ਪ੍ਰਬੰਧਕਾਂ ਦੇ ਜਿਹੜੇ ਫੈਸਲੇ ਬੜੇ ਟੱਲ ਹੈ ਔਰ 5 ਤਰੀਕ ਨੂੰ ਸਵੇਰ ਨੂੰ 10 ਵਜੇ ਤੋਂ ਲੈ ਕੇ 12 ਵਜੇ ਦੇ ਵਿੱਚ 2 ਘੰਟੇ ਜਿਹੜੇ ਉਸ ਘੰਟਿਆਂ ਦੇ ਟਾਈਮ ਦੇ ਵਿੱਚ ਪਹਿਲਵਾਨਾਂ ਦੀ ਜਿਹੜੀਆਂ ਐਂਟਰੀਆਂ ਕਰ ਦਿੱਤੀਆਂ ਜਾਣੀਆਂ ਉਹ ਜਿਹੜੇ ਪਹਿਲਵਾਨਾਂ ਦੀਆਂ ਐਂਟਰੀਆਂ ਕਰ ਦਿੱਤੀਆਂ ਜਾਣੀਆਂ ਉਹੀ ਪਹਿਲਵਾਨ ਉੱਥੇ ਜਿਹੜੇ ਆਪਣੇ ਜੋਰ ਦਿਖਾਣਗੇ ਤੇ ਉੱਪਰ ਨਹੀਂ ਕੁਸ਼ਤੀਆਂ ਜਿਹੜੀਆਂ ਆ ਪਹਿਲਵਾਨ ਆ ਉਹ ਐਂਟਰ ਹੋ ਚੁੱਕੇ ਆ ਤੁਹਾਨੂੰ ਸਾਰਿਆਂ ਨੂੰ ਅਸੀਂ ਦੱਸ ਚੁੱਕੇ ਆ ਔਰ ਸਭ ਤੋਂ ਵੱਡੀ ਗੱਲ ਹੈ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਸੰਤ ਬਾਬਾ ਧੰਨ ਧੰਨ ਸੰਤ ਬਾਬਾ ਜਗਤਰਾਮ ਜੀ ਡੇਰਾ ਬਸ਼ੂਆ ਵਾਲਿਆਂ ਲੋ ਜਿੱਥੇ ਪੂਰੇ ਤੂਟ ਲੰਗਰਾਂ ਦਾ ਇੰਤਜ਼ਾਮ ਕੀਤਾ ਗਿਆ ਨਾਲੇ ਉੱਥੇ ਬਦਾਮਾਂ ਦਾ ਲੰਗਰਾਂ ਦਾ ਵੀ ਇੰਤਜ਼ਾਮ ਕੀਤਾ ਗਿਆ ਸੋ ਅਸੀਂ ਸਾਰੀ ਕਮੇਟੀ ਵੱਲੋਂ ਆਪਣੇ ਪੂਰੇ ਨਗਰ ਵੱਲੋਂ ਅੱਜ ਆਪਣੇ ਮਰਹੂਮ ਨੇਤਾਵਾਂ ਮਰਹੂਮ ਸਾਡੇ ਜਿਹੜੇ ਬਜ਼ੁਰਗ ਹੈ ਉਹਨਾਂ ਨੂੰ ਯਾਦ ਕਰਦੇ ਹੋਏ ਸਾਰੀ ਸੰਗਤਾਂ ਦੀ ਬੇਨਤੀ ਤੇ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕਰਦੇ ਆ ਕਿ ਛਿੰਝ ਮੇਲੇ ਦੇ ਦੌਰਾਨ ਦੰਗਲ ਦੇ ਦੌਰਾਨ ਸਮੇਂ ਦੇ ਵਿੱਚ ਜਿਹੜਾ 2 ਵਜੇ ਪਹੁੰਚ ਕੇ ਇਸ ਮੇਲੇ ਦੀ ਰੌਣਕ ਨੂੰ ਵਧਾਓ ਤੇ ਆਪਣੇ ਘਰਾਂ ਦੇ ਵਿੱਚ ਤਾਂ ਤਨ ਗੁੱਗਾ ਯਾਹਰਪੀਰ ਦੀਆਂ ਜਿਹੜੀਆਂ ਖੁਸ਼ੀਆਂ ਆ ਉਹ ਲੈ ਕੇ ਜਾਓ ਕਿਉਂਕਿ ਸਾਡਾ ਮੁੱਖ ਮੰਤਵ ਪਿੰਡ ਦਾ ਇਸ ਦੰਗਲ ਨੂੰ ਕਰਾਣਾ ਸਾਡੇ ਨਗਰ ਦੀ ਸੁੱਖ ਸ਼ਾਂਤੀ ਜੀਆ ਮਾਲ ਪਸ਼ੂ ਪਬਲਿਕ ਦੀ ਸੁੱਖ ਸ਼ਾਂਤੀ ਔਰ ਸਭ ਤੋਂ ਵੱਡੀ ਗੱਲ ਵਿਦੇਸ਼ਾਂ ਦੇ ਵਿੱਚ ਜਿਹੜੇ ਸਾਡੇ ਬੱਚੇ ਬੱਚੇ ਦੇ ਕਰ ਰਹੇ ਆ ਉੱਥੇ ਕਾਰੋਬਾਰ ਆਪਣੇ ਕਰ ਰਹੇ ਆ ਉਹਨਾਂ ਦੀ ਸੁੱਖ ਸ਼ਾਂਤੀ ਦੇ ਲਈ ਜਿਹੜਾ ਦੰਗਲ ਕਰਾਇਆ ਜਾਂਦਾ ਸੂਇਸ਼ ਖੁਸ਼ੀਆਂ ਲੈਣ ਲਈ ਗੁੱਗਾ ਯਾਹਰਪੀਰ ਦੀਆਂ ਖੁਸ਼ੀਆਂ ਲੈਣ ਲਈ ਤਨ ਤਨ ਗੁੱਗਾ ਯਾਹਰਪੀ ਨੂੰ ਯਾਦ ਕਰਨ ਲਈ ਸਾਰੇ ਮੇਰੇ ਵੀਰਾਂ ਨੂੰ ਬੇਨਤੀ ਹੈ ਕਿ ਹੁਮ ਮਹਮਾ ਕੇ ਇਸ ਦੰਗਲ ਦੇ ਪਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਭ ਦਾ ਸਰਪੰਚ ਜੀ ਰਿੰਦਰ ਸਿੰਘ ਜੜਲਾ ਜੋ ਜਾਣਦੇ ਹੀ ਹੋ ਹਰ ਤਰ੍ਹਾਂ ਦੀ ਹਰ ਸਾਲ ਦੀ ਤਰ੍ਹਾਂ ਇਹ ਛਿੰਝ ਮੇਲਾ ਕਰਾਇਆ ਜਾਂਦਾ ਹੈ ਜੋ ਇਹ ਮਹਰੂਮ ਸਰਦਾਰ ਇਕਬਾਲ ਸਿੰਘ ਤੇ ਰਾਣਾ ਗੁਰਦੀਪ ਸਿੰਘ ਦੀ ਯਾਦ ਵਿੱਚ ਇਹ ਛਿੰਝ ਮੇਲਾ ਹੋਏਗਾ ਔਰ ਮੇਰੀ ਸਾਰਿਆਂ ਨੂੰ ਪੀ ਲੈ ਹਮ ਹਮ ਆ ਕੇ ਸਾਰੇ ਆਓ ਤੇ ਛਿੰਝ ਮੇਲੇ ਦੀ رونਕ ਵਧਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਦੇਖਣ ਵਾਲਿਆਂ ਨੂੰ ਸੁਣਨ ਵਾਲਿਆਂ ਨੂੰ ਭਾਵਨ ਸਿੰਘ ਰਾਣਾ ਜਾਰਲਾ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਪ ਸਭ ਨੂੰ ਜਾਣ ਕੇ ਬਹੁਤ ਖੁਸ਼ੀ ਹੋਵੇਗੀ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਸੀਂ ਜੋ ਸਾਡੇ ਜਾਰਲੇ ਦੇ ਜੋ ਸਾਰੇ ਵਸਨੀਕ ਨੇ ਉਹ ਬਾਬਾ ਗੋਗਾ ਜਹਰਪੀਰ ਜੀ ਅਤੇ ਬਾਬਾ ਭੋਜਰਾ ਜੀ ਨੂੰ ਸਮਰਪਿਤ ਇਸ ਵਾਰ ਅਸੀਂ ਛਿੰਝ ਮੇਲਾ ਕਰਵਾ ਰਹੇ ਹਾਂ ਜੋ ਕਿ ਜਾਰਲਾ ਸਕੂਲ ਦੀ ਗਰਾਊਂਡ ਜੋ ਸਰਕਾਰੀ ਸਕੂਲ ਹੈ ਸਾਡਾ ਉਸੇ ਗਰਾਉਂਡ ਵਿੱਚ ਇਹ ਛਿੰਝ ਮੇਲਾ ਹੋਣ ਜਾ ਰਿਹਾ ਹੈ ਕਿਰਪਾ ਕਰਕੇ ਇਸ ਦਾ ਇੱਕ ਧਿਆਨ ਦੇਣ ਕਿ ਜੋ ਛਿੰਝ ਮੇਲਾ ਹੈ ਇਹ ਮਿਤੀ 5 ਨਵੰਬਰ ਨੂੰ ਦੁਪਹਿਰ 2 ਵਜੇ ਤੋਂ ਬਾਅਦ ਹੀ ਇਹ ਛਿੰਝ ਮੇਲਾ ਸ਼ੁਰੂ ਕਰਵਾਇਆ ਜਾਵੇਗਾ ਇਸ ਛਿੰਝ ਮੇਲੇ ਵਿੱਚ ਬਹੁਤ ਹੀ ਛੋਟੀ ਦੇ ਪਹਿਲਵਾਨ ਕਾਫੀ ਪਹਿਲਵਾਨ ਸਾਰੇ ਆ ਰਹੇ ਹਾਂ ਤਗੜੇ ਤਗੜੇ ਨਾਮਚੀਰ ਭਗਵਾਨ ਆਪਣੇ ਜਨਵੀ ਪਹਿਲਵਾਨ ਸਾਹਿਬ ਸਭ ਆ ਰਹੇ ਆ ਸੋ ਮੈਂ ਸਾਰੇ ਸੁਣਨ ਵਾਲਿਆਂ ਦੇਖਣ ਵਾਲਿਆਂ ਨੂੰ ਸਿਰਫ ਜਾਣਲੇ ਦੇ ਵਸਨੀਕੀ ਨਹੀਂ ਸਾਡੇ ਜ਼ਿਲ੍ਹਾ ਨਵਾਂ ਸ਼ਹਿਰ ਦੇ ਭਗਸੀਰ ਭਰੋਸਿੰਘ ਦੇ ਨਹੀਂ ਸਮੂਹ ਪੰਜਾਬ ਤੇ ਆਲੇ ਦੁਆਲੇ ਹੋਰ ਜਿੰਨੇ ਵੀ ਛਿੰਝ ਦੇਖਣ ਦੇ ਪ੍ਰੇਮੀ ਲੋਕ ਨੇ ਪਹਿਲਵਾਨ ਸਾਹਿਬ ਨੇ ਜਾਂ ਅਹੁਦੇਦਾਰ ਲੋਕ ਨੇ ਉਹ ਸਾਰਿਆਂ ਨੂੰ ਬੇਨਤੀ ਕਰਦਾ ਹੱਥ ਜੋੜ ਕੇ ਬੇਨਤੀ ਹੈ ਆਪ ਸਭ ਨੂੰ ਪਿਆਰ ਭਰੀ ਸਾਡੇ ਵੱਲੋਂ ਇਹ ਇੱਕ ਤੁਹਾਨੂੰ ਸੁਨੇਹਾ ਅਸੀਂ ਦੇ ਰਹੇ ਹਾਂ ਕਿਰਪਾ ਕਰਕੇ ਸਾਡੇ ਛਿੰਝ ਮੇਲੇ ਦੀ ਰੌਣਕ ਵਧਾਓ ਇਸ ਛਿੰਝ ਮੇਲੇ ਵਿੱਚ ਬਹੁਤ ਵੱਡੇ ਵੱਡੇ ਇਨਾਮ ਵੀ ਅਸੀਂ ਦੇ ਰਹੇ ਹਾਂ ਬਾਕੀ ਜ਼ਿਆਦਾ ਵਿਸਥਾਰ ਨੂੰ ਕਿ ਹੈ ਕਿ ਹਰ ਜਗ੍ਹਾ ਪੋਸਟਰ ਵਗੈਰਾ ਛਪੇ ਹੋਏ ਆ ਹਰ ਜਗ੍ਹਾ ਫੋਟੋਆਂ ਲੱਗੀਆਂ ਹੋਈਆਂ ਤੇ ਤਰੀਬਨ ਤਰੀਬਨ ਹਰ ਸਾਲ ਅਸੀਂ ਮੇਲਾ ਕਰਾਨੇ ਆ ਤੇ ਇਸ ਕਰਕੇ ਲੋਕਾਂ ਨੂੰ ਜ਼ਿਆਦਾ ਦੱਸਣ ਲੋੜ ਨਹੀਂ ਪਰੇ ਆ ਮੇਰੀ ਤਾਂ ਖੇਚ ਹੀ ਬੇਨਤੀ ਹੈ ਕਿਰਪਾ ਕਰਕੇ ਇਸ ਮੇਲੇ ਦੀ ਆਓ ਤੇ ਇਸ ਮੇਲੇ ਦੀ ਸ਼ਾਨ ਵਧਾਓ ਆਪ ਸਭ ਜੀ ਦਾ ਬਹੁਤ ਬਹੁਤ ਧੰਨਵਾਦ ਸਾਡੇ ਪਿੰਡ ਜਾੜਲਾ ਵਿੱਚ ਹਰ ਸਾਲ ਦੀ ਤਰ੍ਹਾਂ 5 ਨਵੰਬਰ 2024 ਨੂੰ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਛੰਜ ਮੇਲਾ ਹੋਣ ਜਾ ਰਿਹਾ ਹੈ ਇਸ ਛੰਜ ਮੇਲੇ ਵਿੱਚ ਬੜੇ ਬੜੇ ਉਚਕੋਟੀ ਦੇ ਪਹਿਲਵਾਨ ਪਹੁੰਚ ਰਹੇ ਹਨ ਸਾਰਿਆਂ ਨੋ ਪਬਲਿਕ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਮੇਲੇ ਵਿੱਚ ਹਮ ਹਮਾ ਕੇ ਪਹੁੰਚਣ ਜੀ ਮੇਲਾ ਜਿਹੜਾ ਕਰਵਾਉਣ ਜਾ ਰਹੇ ਹਾਂ ਦੋ ਤਰੀਕ ਨੂੰ ਅਸੀਂ ਆਪ ਜੀ ਨੂੰ ਬੇਨਤੀ ਕਰਦੇ ਹਾਂ ਸਾਰੇ ਰਲ ਕੇ ਪੇ ਸਾਰੇ ਹਮ ਹਮਾ ਕੇ ਇਸ ਮੇਲੇ ਦੀ ਰੌਣਕ ਨੂੰ ਵਧਾਓ ਸ਼ਤੀ ਸ਼ਰਾਣਾ ਛਿੰਜ ਕਮੇਟੀ ਮੈਂਬਰ ਜੀ ਪਿੰਡ ਜਾੜਲਾਰ ਉਸਤ ਮੇਂਦ ਕੁਸ਼ਤੀ ਦੰਗਲ ਦੇ ਵਿੱਚ ਹਮ ਹਮਾ ਕੇ ਕੁੱਝੋ ਜੀ ਸਾਰਿਆਂ ਨੂੰ ਕੋਰ ਜੋਰ ਅਪੀਲ ਹੈ ਕਿ ਬਹੁਤ ਵਿਸ਼ਾਲ ਦੰਗਲ ਹੋ ਰਹੇ ਆ ਜਿਹਦੇ ਵਿੱਚ ਦਿਲ ਖਿੱਚਵੇਂ ਇਨਾਮ ਦਿੱਤੇ ਜਾ ਰਹੇ ਟਰੈਕਟਰ ਬੁਲਟ ਚੈਨਾ ਮੁੰਡੀਆਂ ਆਦੀ ਬਹੁਤ ਜ਼ਿਆਦਾ ਇਨਾਮ ਦੇ ਰਹੇ ਆ ਇਸ ਕਰਕੇ ਸਾਰਿਆਂ ਨੂੰ ਬੇਨਤੀ ਹੈ ਕਿ ਸਾਡੇ ਪਿੰਡ ਵਿੱਚ ਦੰਗਲ ਚ ਹਮ ਮਹਾਕੇ ਪਹੁੰਚੋ ਅਤੇ ਦੰਗਲ ਦੀ ਰੌਣਕ ਨੂੰ ਵਧਾਓ ਧੰਨਵਾਦ ਜੀ ਜੈ ਸ਼੍ਰੀ ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਮੈਂ ਚਰਨਜੀਤ ਰਾਣਾ ਪਿੰਡ ਜਾਲਾ ਵਾਸੀ ਤੁਹਾਨੂੰ ਬੜੇ जान ਕੇ ਖੁਸ਼ੀ ਹੋਵੇਗੀ ਕਿ ਅਸੀਂ ਹਰ ਸਾਲ ਦੀ ਤਰ੍ਹਾਂ ਪਿੰਡ ਆਪਣੇ ਜਾਲਲੇ ਦੇ ਵਿੱਚ ਹਿੰਦ ਮਹਾਕੇਸਰੀ ਦੰਗਲ ਕਰਾ ਰਹੇ ਜੋ ਕਿ ਉੱਚ ਚੋਟੀ ਦੇ ਪਹਿਲਵਾਨ ਹਰ ਸਾਲ ਦੀ ਤਰ੍ਹਾਂ ਆ ਰਹੇ ਤੇ ਆਪਣੇ ਅਕਬਾਲ ਸਿੰਘ ਸਵਰਗਿਆ ਅਕਬਾਲ ਸਿੰਘ ਤੇ ਸਵਰਗਿਆ ਰਾਣਾ ਕਲਦੀਪ ਸਿੰਘ ਦੀ ਯਾਦ ਵਿੱਚ ਅਸੀਂ ਇਹ ਹਰ ਸਾਲ ਦੀ ਤਰ੍ਹਾਂ ਦੰਗਲ ਕਰਾ ਰਹੇ ਹਾਂ ਮੈਂ ਜੰਤਨ ਨੂੰ ਅਪੀਲ ਕਰਦਾ ਕਿ ਹਮ ਹਮਾ ਕੇ 5 ਤਰੀਕ ਨੂੰ ਠੀਕ 2 ਵਜੇ ਸ਼ੁਰੂ ਕੀਤਾ ਜਾਵੇਗਾ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਹਮ ਹਮਾ ਕੇ ਪਹੁੰਚਣ